ਅਸਲਾਮ ਵਾਲੇਕੁਮ ਦੋਸਤੋ, ਮੈਂ ਅਬਦੁਲ ਰਹਿਮਾਨ ਲਿਆਕਤ ਵਨ ਪੰਜਾਬੀ ਦੇ ਨੰਬਰ 1 ਟੈਕ ਚੈਨਲ ਜੀਜ਼ੋਨ 'ਤੇ ਖੁਸ਼ਾਮਦੀਦ ਆਖਦਾ ਵਾਂ। ਦੋਸਤੋ, ਅੱਜ ਤੁਹਾਡੇ ਵਾਸਤੇ ਮੈਂ ਅਸੀਂ ਕਮਾਲ ਦੀ ਵੈਬਸਾਈਟ ਲੈ ਕੇ ਆਇਆ ਵਾਂ ਜਿਸ ਦੀ ਅਰਨਿੰਗ ਨਿਹਾਇਤ ਹੀ ਆਸਾਨ ਹੈ। ਤੁਹਾਨੂੰ ਸਿਰਫ 3 ਸਟੈਪ ਕਰਨੇ ਨੇ, ਐਡਸ ਦੇਖਣੇ ਨੇ, ਆਫਰ ਕੰਪਲੀਟ ਕਰਨੀਆਂ ਨੇ ਅਤੇ ਗੈਟ ਰਿਵਾਰਡਡ ਮਤਲਬ ਤੁਹਾਨੂੰ ਪੈਸੇ ਮਿਲ ਜਾਣੇ ਨੇ। ਐਡ ਵੇਖਣੇ ਨੇ, ਆਫਰ ਮੁਕੰਮਲ ਕਰਨੀਆਂ ਨੇ ਅਤੇ ਤੀਸਰਾ ਕੰਮ ਕਿਉਂ ਨਾ, ਤੁਹਾਨੂੰ ਪੈਸੇ ਮਿਲ ਜਾਣੇ ਨੇ। ਨਿਹਾਇਤ ਹੀ ਆਸਾਨ ਤਰੀਕਾਕਾਰ ਹੈ ਅਤੇ ਪੇ ਆਊਟ ਬਿਲਕੁਲ ਮਿਨੀਮਮ ਹੈ। 0.10 ਡਾਲਰ ਵੀ ਤੁਹਾਡੇ ਕੋਲ ਹੋਣਗੇ, ਤੁਸੀਂ ਉਹ ਵੀ ਈਜ਼ੀਲੀ ਵਿਦਡਰਾ ਕਰਵਾ ਸਕਦੇ ਹੋ। ਕਿਹੜੀ ਵੈਬਸਾਈਟ ਹੈ, ਜਿਸ ਵੈਬਸਾਈਟ ਦਾ ਮੈਂ ਜ਼ਿਕਰ ਕਰ ਰਿਹਾ ਹਾਂ, ਉਸ ਵੈਬਸਾਈਟ ਦਾ ਨਾਮ ਹੈ ਜ਼ੀ ਕਲਿਕਸ। ਗੂਗਲ 'ਤੇ ਆ ਕੇ ਤੁਹਾਨੂੰ ਸਰਚ ਕਰਨਾ ZEECLIX ਅਤੇ ਐਂਟਰ ਕਰ ਦੇਣਾ। ਪਹਿਲੀ ਵੈਬਸਾਈਟ ਜਿਹੜੀ ਤੁਹਾਡੇ ਸਾਹਮਣੇ ਆਵੇਗੀ ZEECLIX.COM, ਇਹਨੂੰ ਓਪਨ ਕਰ ਲੈਣਾ। ਵੈਬਸਾਈਟ ਨੂੰ ਓਪਨ ਕਰਨ ਤੋਂ ਬਾਅਦ ਇਹ ਵੈਬਸਾਈਟ ਸਾਡੇ ਸਾਹਮਣੇ ਆ ਜਾਏਗੀ, ਕੁਝ ਇਸ ਤਰ੍ਹਾਂ ਦਾ ਡੈਸ਼ਬੋਰਡ ਦਾ ਸਾਡੇ ਸਾਹਮਣੇ ਆ ਰਿਹਾ। ਗੈਟ ਪੇਡ ਫਾਰ ਵਿਊਇੰਗ ਐਡਸ, ਕੰਪਲੀਟਿੰਗ ਸਰਵੇਜ ਐਂਡ ਮੱਚ ਮੋਰ, ਕਿ ਤੁਸੀਂ ਐਡ ਵੇਖ ਕੇ ਅਰਨਿੰਗ ਕਰ ਸਕਦੇ ਹੋ, ਉਸ ਤੋਂ ਇਲਾਵਾ ਸਰਵੇ ਮੁਕੰਮਲ ਕਰਕੇ ਅਰਨਿੰਗ ਕਰ ਸਕਦੇ ਹੋ। ਸਰਵੇ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਤਰੀਕਾਕਾਰ ਨੇ ਇੱਥੋਂ ਅਰਨਿੰਗ ਕਰਨ ਦੇ। ਅਤੇ ਜਿਹੜੀ ਦੂਸਰੀ ਬਿਹਤਰੀਨ ਗੱਲ ਇਸ ਵੈਬਸਾਈਟ ਦੀ, ਉਹ ਇਹ ਵੇਖ ਲੋ ਮਿਨੀਮਮ ਕੈਸ਼ ਆਊਟ ਜਸਟ 0.1 ਡਾਲਰ, ਕਿ ਤੁਹਾਡੇ ਕੋਲ 0.1 ਡਾਲਰ ਵੀ ਹੋਇਆ ਤੁਸੀਂ ਉਹ ਵੀ ਵਿਦਡਰਾ ਕਰ ਸਕਦੇ ਹੋ। ਇਹ ਨਹੀਂ ਹੈ ਕਿ ਤੁਹਾਨੂੰ ਕਮ ਅਜ਼ ਕਮ ਤੁਹਾਡੇ ਕੋਲ $50 ਹੋਣ ਤੇ ਫਿਰ ਵਿਦਡਰਾ ਹੋਏਗਾ ਜਾਂ $100 ਹੋਏ ਤੇ ਫਿਰ ਵਿਦਡਰਾ ਹੋਏਗਾ, ਬਲਕਿ ਤੁਹਾਡੇ ਕੋਲ 0.1 ਡਾਲਰ ਵੀ ਤੁਸੀਂ ਵਿਦਡਰਾ ਈਜ਼ੀਲੀ ਲੈ ਸਕਦੇ ਹੋ। ਅਤੇ ਅਸੀਂ ਕੀ ਕਰਨਾ, ਇਸ ਵੈਬਸਾਈਟ 'ਤੇ ਆਉਣ ਤੋਂ ਬਾਅਦ ਅਸਾਂ ਸਭ ਤੋਂ ਪਹਿਲਾਂ ਕੰਮ ਕੀ ਕਰਨਾ, ਆਪਣੇ ਆਪਣੇ ਉੱਤੇ ਰਜਿਸਟਰ ਕਰਨਾ ਹੈ। ਰਜਿਸਟਰ ਕਰਨ ਦਾ ਕੀ ਤਰੀਕਾ ਕਰ ਰਿਹਾ, ਸੱਜੀ ਸਾਈਡ ਤੁਹਾਡੇ ਕੋਲ ਰਜਿਸਟਰ ਦਾ ਬਟਨ ਆ ਰਿਹਾ, ਇਹਦੇ ਉੱਤੇ ਕਲਿੱਕ ਕਰ ਲੈਣਾ। ਰਜਿਸਟਰ ਦੇ ਬਟਨ 'ਤੇ ਕਲਿੱਕ ਕਰਨ ਤੋਂ ਬਾਅਦ ਇਹ ਸਾਡੇ ਸਾਹਮਣੇ ਰਜਿਸਟ੍ਰੇਸ਼ਨ ਫਾਰਮ ਆ ਗਿਆ। ਇੱਥੇ ਅਸਾਂ ਕੀ ਕਰਨਾ, ਯੂਜ਼ਰ ਨੇਮ ਲਿਖਣਾ ਆਪਣਾ DIGIZON, ਯੂਜ਼ਰ ਨੇਮ ਹੋ ਗਿਆ ਸਾਡਾ। ਉਸ ਤੋਂ ਬਾਅਦ ਕਿ ਚੂਜ਼ ਯੂਨੀਕ ਪਾਸਵਰਡ, ਇੱਥੇ ਆਪਣਾ ਪਾਸਵਰਡ ਲਿਖਣਾ ਹੈ, ਕੋਈ ਵੀ ਕੈਪੀਟਲ ਹਿੰਸਾ, ਫਿਰ ਸਮਾਲ, ਫਿਰ ਕੋਈ ਨਾ ਕੋਈ ਸਪੈਸ਼ਲ ਕਰੈਕਟਰ, ਕਾਊਂਟਿੰਗ, ਹਰ ਚੀਜ਼ਾਂ ਤੁਸੀਂ ਮਿਕਸ ਕਰਕੇ ਪਾਸਵਰਡ ਬਣਾਉਣਾ ਹੈ। ਉਸ ਤੋਂ ਬਾਅਦ ਇੱਥੇ ਕੀ ਕਰਨਾ, ਪਾਸਵਰਡ ਨੂੰ ਵੈਰੀਫਾਈ ਕਰਨਾ। ਉਸ ਤੋਂ ਬਾਅਦ ਪਿੰਨ ਤੁਹਾਡਾ ਯੂਨੀਕ ਹੋਣਾ ਚਾਹੀਦਾ, ਕੋਈ ਵੀ ਇੱਕ ਹਿੰਸਾ ਹੋਣਾ ਚਾਹੀਦਾ ਲੇਕਿਨ ਯੂਨੀਕ ਹੋਣਾ ਚਾਹੀਦਾ। ਉਸ ਤੋਂ ਬਾਅਦ ਅਸੀਂ ਕੀ ਕਰਦੇ ਹਾਂ, ਵੈਰੀਫਾਈ ਪਿੰਨ 'ਤੇ ਕਲਿੱਕ ਕਰਨੇ ਆ, 789 ਨੂੰ ਦੁਬਾਰਾ ਲਿਖ ਦਿੰਦੇ ਹਾਂ। ਉਸ ਤੋਂ ਬਾਅਦ ਆ ਜਾਣਾ ਅਸੀਂ ਯੂਜ਼ਰ ਨੇਮ 'ਤੇ DIGIZON, ਇਹ ਸਾਡਾ ਹੋ ਗਿਆ ਯੂਅਰ ਨੇਮ। ਉਸ ਤੋਂ ਬਾਅਦ ਆ ਗਿਆ ਯੂਅਰ ਈਮੇਲ ਐਡਰੈਸ, ਇੱਥੇ ਆਪਣਾ ਈਮੇਲ ਐਡਰੈਸ ਲਿਖ ਲੈਣਾ, DIGIZON@gmail.com। ਠੀਕ ਹੋ ਗਿਆ। ਸਕਿਉਰਿਟੀ ਕੀ, ਟੂ ਵੈਰੀਫਾਈ ਯੂ ਆਰ ਹਿਊਮਨ, ਪਲੀਜ਼ ਕਲਿੱਕ ਔਨ ਦਾ ਬਾਸਕਿਟਬਾਲ, ਇਹ ਕੈਪਚਾ ਆਖਦੇ ਨੇ ਕਿ ਥੱਲੇ ਜਿਹੜੇ ਤਸਵੀਰਾਂ ਨੇ ਉਹਨਾਂ ਵਿੱਚ ਜਿਹੜਾ ਬਾਸਕਿਟਬਾਲ ਹੈ ਉਹਦੇ ਉੱਤੇ ਕਲਿੱਕ ਕਰੋ, ਅਤੇ ਬਾਸਕਿਟਬਾਲ ਇਹਨਾਂ ਵਿੱਚ ਇਹ ਵੇ, ਇਹਦੇ ਉੱਤੇ ਕਲਿੱਕ ਕਰ ਦੇਣਾ। ਉਸ ਤੋਂ ਬਾਅਦ ਕੀ, ਆਈ ਐਕਸੈਪਟ ਟਰਮਸ ਆਫ ਸਰਵਿਸ ਨੂੰ ਐਕਸੈਪਟ ਕਰ ਲੈਣਾ। ਉਸ ਤੋਂ ਬਾਅਦ ਕ੍ਰੀਏਟ ਅਕਾਊਂਟ 'ਤੇ ਕਲਿੱਕ ਕਰ ਲੈਣਾ। ਅੱਛਾ ਜੀ, ਐਰਰ, ਐਂਟਰ ਆ ਪਰਸਨਲ ਪਿੰਨ ਐਟ ਲੀਸਟ 4 ਕਰੈਕਟਰਸ, ਕਿਹਾ ਜਿਹੜਾ ਸਾਡਾ ਪਿੰਨ ਲਿਖਿਆ ਇਹ 4 ਇਨਸਾਨ ਦਾ ਹੋਣਾ ਚਾਹੀਦਾ, ਅੱਗੇ ਅੱਗੇ 0 ਲਗਾ ਦਿੰਦੇ ਹਾਂ। ਠੀਕ ਹੈ ਜੀ, ਇੱਦਾਂ ਅੱਗੇ ਵੀ 0 ਲਗਾਇਆ ਅਤੇ ਫਿਰ ਦੁਬਾਰਾ ਅਸੀਂ ਆ ਗਏ ਯੈਸ ਆਈ ਐਕਸੈਪਟ। ਉਸ ਤੋਂ ਬਾਅਦ ਕੀ, ਟੂ ਵੈਰੀਫਾਈ ਯੂ ਆਰ ਹਿਊਮਨ, ਪਲੀਜ਼ ਕਲਿੱਕ ਔਨ ਦਾ ਵੀਜ਼ਾ, ਇਹ ਕੀ ਹੈ ਵੀਜ਼ਾ। ਠੀਕ ਹੈ, ਬਾਕੀ ਸਭ ਚੀਜ਼ ਓਕੇ ਨੇ ਅਤੇ ਅਸੀਂ ਕੀ ਕਰਦਾ, ਕ੍ਰੀਏਟ ਅਕਾਊਂਟ 'ਤੇ ਕਲਿੱਕ ਕਰ ਦਿੱਤਾ। ਪਾਸਵਰਡ ਨੂੰ ਸੇਵ ਕਰਨਾ, ਸੇਵ ਕਰ ਲਓ, ਨਹੀਂ ਕਰਨਾ ਤਾਂ ਕੋਈ ਇਸ਼ੂ ਨਹੀਂ ਹੈ। ਉਸ ਤੋਂ ਬਾਅਦ ਆ ਗਿਆ ਜੀ, ਐਨ ਈਮੇਲ ਵਾਸ ਸੈਂਡ ਟੂ ਯੂਅਰ ਇਨ ਬਾਕਸ ਵਿਦ ਆ ਐਕਟੀਵੇਸ਼ਨ ਕੋਡ ਇਨ ਸਾਈਡ, ਪਲੀਜ਼ ਐਂਟਰ ਯੂਅਰ ਯੂਜ਼ਰ ਨੇਮ ਐਂਡ ਐਕਟੀਵੇਸ਼ਨ ਕੋਡ ਬਿਲੋ ਟੂ ਐਕਟੀਵੇਟ ਯੂਅਰ ਅਕਾਊਂਟ, ਕਿ ਤੁਹਾਨੂੰ ਅਸਾਂ ਇੱਕ ਜੀਮੇਲ ਭੇਜੀਏ, ਆਪਣੀ ਜੀਮੇਲ ਵਿੱਚ ਜਾਓ, ਉਸ ਜੀਮੇਲ ਨੂੰ ਓਪਨ ਕਰੋ, ਜੀਮੇਲ ਨੂੰ ਓਪਨ ਕਰੋ, ਉਹਦੇ ਵਿੱਚ ਇੱਕ ਐਕਟੀਵੇਸ਼ਨ ਕੋਡ ਹੋਏਗਾ, ਐਸ ਜੀ ਕਲਿੱਕ ਸਾਡੇ ਕੋਲ ਹੈ, ਇਹਦੇ ਵਿੱਚ ਐਕਟੀਵੇਸ਼ਨ ਕੋਡ ਕੀ ਹੈ, ਇਸ ਐਕਟੀਵੇਸ਼ਨ ਕੋਡ ਨੂੰ ਅਸਾਂ ਕੀ ਕੀਤਾ, ਕਾਪੀ ਕਰ ਲਿਆ ਅਤੇ ਇੱਧਰ ਲਿਆ ਕੇ ਅਸਾਂ ਇਹਨੂੰ ਕੀ ਕਰ ਦੇਣਾ, ਐਕਟੀਵੇਸ਼ਨ ਕੋਡ ਵਿੱਚ Ctrl V ਪੇਸਟ ਹੋ ਗਿਆ। ਯੂਜ਼ਰ ਨੇਮ ਕੀ ਸੀ ਸਾਡਾ ਜੀ, DIGIZON, ਅਤੇ ਇਹ ਸਾਡਾ ਐਕਟੀਵੇਸ਼ਨ ਕੋਡ ਹੋ ਗਿਆ ਅਤੇ ਐਕਟੀਵੇਟ ਅਕਾਊਂਟ 'ਤੇ ਕਲਿੱਕ ਕਰ ਦਿੱਤਾ। ਨਿਹਾਇਤ ਹੀ ਆਸਾਨ ਸਟੈਪ ਨੇ ਅਕਾਊਂਟ ਬਣਾਉਣ ਦੇ, ਫਿਰ ਅਕਾਊਂਟ ਨੂੰ ਐਕਟੀਵੇਟ ਕਰਨ ਤੁਹਾਡੇ ਸਾਹਮਣੇ ਦੋਵੇਂ ਸਟੈਪ ਮੁਕੰਮਲ ਕਰ ਚੁੱਕੇ ਹਾਂ ਅਸੀਂ। ਅਤੇ ਕੀ ਆ ਗਿਆ, ਵੈਲਕਮ ਟੂ ZEECLIX DIGIZON, ਸਾਨੂੰ ਵੈਲਕਮ ਕਹਿ ਰਹੇ ਨੇ ਜੀ, ਬਹੁਤ ਸ਼ੁਕਰੀਆ ਤੁਹਾਡਾ। ਰੈਫਰਲ URL, ਲੌਗਇਨ URL,
ਇਹ ਸਾਡਾ ਰੈਫਰਲ ਕੋਡ ਹੈ ਅਤੇ ਇਹ ਸਾਡਾ ਲੋਗਿਨ ਯੂ ਆਰ ਐਲ। ਅਸੀਂ ਹੁਣ ਕੀ ਕਰਦੇ ਹਾਂ, ਆਪਣੇ ਆਪ ਨੂੰ ਇੱਥੇ ਲੋਗਿਨ ਕਰ ਲੈਂਦੇ ਹਾਂ। ਇਹ ਆ ਗਏ ਸੀ ਆਪਣੇ ਲੋਗਿਨ ਪੇਜ 'ਤੇ, ਇਹ ਸਾਡਾ ਯੂਜ਼ਰ ਨੇਮ ਹੈ, ਇਹ ਪਾਸਵਰਡ ਹੈ। ਇਹ ਸਕਿਉਰਟੀ ਚੈੱਕ ਕੀਏ, ਟੂ ਵੈਰੀਫਾਈ ਯੂ ਆਰ ਆ ਹਿਊਮਨ ਪਲੀਜ਼ ਕਲਿੱਕ ਔਨ ਦਾ ਬੈਟਰੀ, ਬੈਟਰੀ ਦੇ ਵਿੱਚ ਇਹ ਬੈਟਰੀ ਦਾ ਸਾਈਨ ਹੈ। ਉਸ ਤੋਂ ਬਾਅਦ ਕੀ ਜੀ, ਲੋਕ ਸੈਸ਼ਨ ਟੂ ਆਈ ਪੀ, ਯੈਸ ਰਿਕਮੈਂਡਡ, ਠੀਕ ਹੈ ਜੀ। ਐਕਸੈਸ ਅਕਾਊਂਟ 'ਤੇ ਕਲਿੱਕ ਕਰ ਦਿੱਤਾ, ਅਤੇ ਇਹ ਅਸੀਂ ਆਪਣੇ ਡੈਸ਼ਬੋਰਡ 'ਤੇ ਆ ਚੁੱਕੇ ਹਾਂ ਲੋਗਿਨ ਕਰਕੇ। ਸਭ ਤੋਂ ਪਹਿਲਾਂ ਸਟੈਪ ਅਸਾਂ ਕੀ ਕੀਤਾ, ਸਾਈਨ ਅਪ ਕੀਤਾ, ਉਸ ਤੋਂ ਬਾਅਦ ਆਪਣੇ ਅਕਾਊਂਟ ਨੂੰ ਐਕਟੀਵੇਟ ਕੀਤਾ। ਐਕਟੀਵੇਟ ਕਿਸ ਤਰ੍ਹਾਂ ਕੀਤਾ ਕਿ ਸਾਨੂੰ ਜੀਮੇਲ ਵਿੱਚ ਇੱਕ ਈਮੇਲ ਆਈ, ਉਹਦੇ ਵਿੱਚ ਉਹਨਾਂ ਸਾਨੂੰ ਐਕਟੀਵੇਸ਼ਨ ਕੋਡ ਦਿੱਤਾ, ਉਸ ਕੋਡ ਨੂੰ ਅਤੇ ਯੂਜ਼ਰ ਨੇਮ ਨੂੰ ਅਸਾਂ ਲਿਖਿਆ ਅਤੇ ਸਾਡਾ ਅਕਾਊਂਟ ਐਕਟੀਵੇਟ ਹੋ ਗਿਆ। ਉਸ ਤੋਂ ਬਾਅਦ ਸਾਨੂੰ ਦੁਬਾਰਾ ਲੋਗਿਨ 'ਤੇ ਕਲਿੱਕ ਕੀਤਾ, ਆਪਣੇ ਆਪ ਨੂੰ ਲੋਗਿਨ ਕੀਤਾ। ਲੋਗਿਨ ਕਰਨ ਤੋਂ ਬਾਅਦ ਇਹ ਸਕਰੀਨ ਸਾਡੇ ਸਾਹਮਣੇ ਆ ਚੁੱਕੀ ਹੈ। ਇੱਥੇ ਸਾਡੇ ਕੋਲ ਅਰਨਿੰਗ ਦੇ ਮੁਤਲਿਕ ਤਰੀਕੇ ਨੇ, ਤੁਹਾਨੂੰ ਇੱਕ ਇੱਕ ਤਰੀਕਾ ਕਰਕੇ ਸਾਰੇ ਤਰੀਕੇ ਤੁਹਾਡੇ ਸਾਹਮਣੇ ਮੈਂ ਐਕਸਪਲੋਰ ਕਰਾਂਗਾ ਕਿ ਜਿਸ ਤਰੀਕੇ ਨਾਲ ਤੁਸੀਂ ਅਰਨਿੰਗ ਕਰ ਸਕੋਗੇ ਇੱਥੇ। ਹੈਲੋ, ਆਫਟਰ ਸਮ ਟੈਸਟਿੰਗ ਐਂਡ ਐਸਟੀਮੇਟਸ ਐਂਡ ਇਨ ਆਰਡਰ ਟੂ ਪ੍ਰੋਵਾਈਡ ਦਾ ਬੈਸਟ ਵੈਲਿਊ ਫਾਰ ਮਨੀ, ਵੀ ਹੈਵ ਰਿਡਿਊਸ ਦਾ ਡਾਇਰੈਕਟ ਰੈਫਰਲ ਪ੍ਰਾਈਸਿਸ ਵਿਚ ਕੈਨ ਬੀ ਪਰਚੇਸਡ ਇਨ ਦਾ ਸਟੋਰ, ਠੀਕ ਹੈ ਜੀ। ਦਾ ਪ੍ਰਾਈਸ ਹੈਜ਼ ਬੀਨ ਰਿਡਿਊਸਡ ਫਰਾਮ 0.50 ਪਰ ਰੈਫਰਲ ਟੂ ਜਸਟ 0.40 ਪਰ ਰੈਫਰਲ, ਠੀਕ ਹੈ। ਅਲੋਂਗ ਵਿਦ ਦਿਸ, ਦਾ ਕਾਸਟ ਆਫ ਰੀਸਾਈਕਲਿੰਗ ਅ ਰੈਫਰਲ ਹੈਜ਼ ਬੀਨ ਰਿਡਿਊਸਡ ਫਰਾਮ 0.70 ਪਰ ਸਾਈਕਲ ਟੂ ਜਸਟ 0.30 ਪਰ ਰੀਸਾਈਕਲ ਫਾਰ ਸਟੈਂਡਰਡ ਮੈਂਬਰਸ ਐਂਡ 0.20 ਫਾਰ ਅਪਗ੍ਰੇਡਿਡ ਮੈਂਬਰਸ। These are not rental referrals, there are direct referrals and the price you pay allow, ਠੀਕ ਹੈ। ਜੋ ਵੀ ਇਹਨੂੰ ਬਸ ਇਸ ਚੀਜ਼ ਨੂੰ ਇਗਨੋਰ ਕਰੋ। ਇਸ ਤੋਂ ਬਾਅਦ ਸਭ ਤੋਂ ਪਹਿਲਾਂ ਕੰਮ ਅਸਾਂ ਕੀ ਕਰਨਾ, ਅਸਾਂ ਆ ਜਾਣਾ ਜੀ ਅਰਨ ਮਨੀ 'ਤੇ ਕਲਿੱਕ ਕਰਨਾ, ਅਤੇ ਵਿਊ ਐਡਸ 'ਤੇ ਕਲਿੱਕ ਕਰ ਲੈਣਾ। ਅਤੇ ਇੱਥੇ ਅਸੀਂ ਦੇਖ ਲਿਆ ਕਿ ਅਸੀਂ ਇੱਕ ਐਡ ਦੇ ਕੇ ਕਿੰਨੀ ਅਰਨਿੰਗ ਕਰ ਸਕਾਂਗੇ ਉਹਦੇ ਤੋਂ, ਅਰਨਿੰਗ ਕਰਨ ਤੋਂ ਬਾਅਦ ਫਿਰ ਅਸੀਂ ਵਿਦਡਰਾਅ ਕਿਸ ਤਰ੍ਹਾਂ ਕਰ ਸਕਦੇ ਹਾਂ। ਯੂ ਮਸਟ ਕਲਿੱਕ 5 ਐਡਸ ਡੇਲੀ ਇਨ ਆਰਡਰ ਟੂ ਅਰਨ ਫਰਾਮ ਯੂਰ ਰੈਫਰਲਸ ਟੁਮਾਰੋ, ਯੂਰ ਕਰੰਟਲੀ ਹੈਵ 0 ਕਲਿੱਕਸ। ਅੱਛਾ ਜੀ, ਇਹ ਸਾਡੇ ਕੋਲ ਪਹਿਲਾ ਐਡ ਹੈ, ਇਹਦੇ ਉੱਤੇ ਕਲਿੱਕ ਕੀਤਾ, ਇਹ ਉੱਥੇ ਆ ਰਿਹਾ ਸਾਡੇ ਕੋਲ ਵੇਟ। ਇੰਨੀ ਦੇਰ ਵੇਟ ਕਰੋ, ਫਿਰ ਤੁਹਾਡਾ ਕੀ ਹੋਏਗਾ, ਤੁਹਾਨੂੰ ਤੁਹਾਡੇ ਐਡ ਦੀ ਅਰਨਿੰਗ ਮਿਲੇਗੀ। 4 ਸੈਕਿੰਡ, 3, 2, 1 ਅਤੇ 0, ਮੈਚ। ਇਹ ਤਸਵੀਰ ਦਿੱਤੀ ਹੈ, ਉਹਦੇ ਨਾਲ ਦੀ ਨਾਲ ਜਿਹੜੀ ਰਲਦੀ ਮਿਲੀ ਤਸਵੀਰ, ਉਹਦੇ ਉੱਤੇ ਕਲਿੱਕ ਕਰਨਾ ਹੈ। ਉਸ ਤੋਂ ਬਾਅਦ ਆ ਜਾਣਾ ਵਾਪਸ ਜੀ ਕਲਿੱਕਸ 'ਤੇ, ਇੱਥੇ ਆ ਕੇ ਇੱਕ ਦਫ਼ਾ ਰੀਫਰੈਸ਼ ਕਰ ਲੈਣਾ ਹੈ। ਯੂ ਮਸਟ ਕਲਿੱਕ 5 ਐਸ ਡੇਲੀ ਇਨ ਆਰਡਰ ਟੂ ਅਰਨ ਫਰਾਮ ਯੂਰ ਰੈਫਰਲ ਟੁਮਾਰੋ, ਯੂ ਆਰ ਕਰੰਟਲੀ ਹੈਵ 2 ਕਲਿੱਕਸ। ਦੋ ਐਡ ਇੱਥੇ ਮੈਂ ਦੇਖ ਲੈਣ, ਹੁਣ ਅਸੀਂ ਕਹਿੰਦੇ ਤੀਸਰੇ ਐਡ 'ਤੇ ਕਲਿੱਕ ਕਰਨੇ ਆ। ਇੱਥੇ ਥੋੜ੍ਹੀ ਦੇਰ ਵੇਟ ਕਰਨਾ ਪੈਣਾ, ਵੇਟ ਕਰਨ ਤੋਂ ਬਾਅਦ ਦੁਬਾਰਾ ਸਾਡੇ ਕੋਲ ਉਹ ਕੈਪਚਾ ਆਵੇਗਾ ਕਿ ਇੱਕ ਤਸਵੀਰ ਉਹਨਾਂ ਦਿੱਤੀ ਹੋਵੇਗੀ, ਉਸ ਤਸਵੀਰ ਦੇ ਨਾਲ ਤਸਵੀਰ 'ਤੇ ਕਲਿੱਕ ਕਰਨਾ ਹੈ ਅਤੇ ਸਾਡਾ ਕੈਪਚਾ ਕੰਪਲੀਟ ਹੋ ਜਾਏਗਾ। ਜਿਸ ਤਰ੍ਹਾਂ ਕਿ ਇਹ ਸਾਡੇ ਕੋਲ ਕੀ ਕਹਿ ਰਹੇ ਨੇ ਕਿ ਮੈਚ ਕਰੋ, ਇਹਨੂੰ ਸਾਡੇ ਕੋਲ ਇਹ ਪੱਤੇ ਨੇ, ਉਸ ਤੋਂ ਇਲਾਵਾ ਇਹਦੇ ਵਿੱਚ ਇਹ ਪੱਤੇ ਨੇ, ਇਹਦੇ ਉੱਤੇ ਕਲਿੱਕ ਕੀਤਾ। ਕਲਿੱਕ ਕਰਨ ਤੋਂ ਬਾਅਦ ਥੋੜ੍ਹਾ ਵੇਟ ਕਰਨਾ ਹੈ, ਵੇਟ ਕਰਨ ਤੋਂ ਬਾਅਦ ਸਾਡਾ ਕੈਪਚਾ ਵੈਲੀਡੇਟਿੰਗ ਹੋ ਜਾਏਗਾ, ਵੈਲੀਡੇਟ ਹੋ ਜਾਏਗਾ, ਅਪਰੂਵ ਹੋ ਜਾਏਗਾ। ਉਸ ਤੋਂ ਬਾਅਦ ਵਾਪਸ ਆ ਜਾਣਾ, ਵਾਪਸ ਆ ਕੇ ਇੱਕ ਦਫ਼ਾ ਫਿਰ ਰੀਫਰੈਸ਼ ਕਰ ਲੈਣਾ, ਅਤੇ ਰੀਫਰੈਸ਼ ਕਰਨ ਤੋਂ ਬਾਅਦ ਇੱਥੇ ਸਾਡੇ ਕੋਲ 3 ਕਲਿੱਕਸ ਹੋ ਗਏ ਨੇ। ਇੱਕ ਇਹ ਇੱਥੇ ਕੀ ਕਰਨਾ ਨੇ, 5 ਕਲਿੱਕ ਕਰਨੇ ਨੇ, ਫਿਰ ਇਸ ਤੋਂ ਬਾਅਦ ਵਾਪਸ ਚਲਾਂਗੇ, ਅਤੇ ਵਾਪਸ ਚੱਲ ਕੇ ਤੁਹਾਨੂੰ ਮੈਂ ਦਿਖਾਵਾਂਗਾ ਕਿ ਅਸੀਂ ਵਿਦਡਰਾਅ ਕਿਸ ਤਰ੍ਹਾਂ ਲੈ ਸਕਦੇ ਹਾਂ। ਇੱਕ ਦਫ਼ਾ ਇਹਨੂੰ ਮੁਕੰਮਲ ਕਰ ਲਵੀਏ, ਉਸ ਤੋਂ ਬਾਅਦ ਕੀ ਕਹਿ ਰਹੇ ਨੇ, ਉਸ ਤੋਂ ਬਾਅਦ ਕਹਿ ਰਹੇ ਨੇ ਕਿ ਇਹਨੂੰ ਮੈਚ ਕਰੋ, ਇਹਦੇ ਨਾਲ ਤਸਵੀਰ ਕਿਹੜੀ ਹੈ, ਐਡ ਲਈਏ। ਇਹਦੇ ਉੱਤੇ ਕਲਿੱਕ ਕਰ ਦਿੱਤਾ, ਇਹ ਵੀ ਸਾਡਾ ਕੈਪਚਾ ਓਕੇ ਹੋ ਗਿਆ। ਫਿਰ ਅਸੀਂ ਵਾਪਸ ਗਏ, ਵਾਪਸ ਜਾ ਕੇ ਅਸਾਂ ਕੀ ਕਰਨਾ, ਇੱਕ ਦਫ਼ਾ ਇਹਨੂੰ ਰੀਫਰੈਸ਼ ਕਰ ਲੈਣਾ, ਅਤੇ ਸਾਡੇ ਕੋਲ ਕੀ ਹੋ ਗਿਆ, 4 ਕਲਿੱਕਸ ਹੋ ਗਏ। ਦੁਬਾਰਾ ਇਹਦੇ ਉੱਤੇ ਇੱਕ ਦਫ਼ਾ ਕਲਿੱਕ ਕਰ ਲਿਆ, ਇਹ ਜਿਹੜੇ ਨਾਲ ਓਪਨ ਹੋ ਰਹੇ ਨੇ, ਨਾਲ ਨਾਲ ਕੱਟਦਿਆਂ ਜਾਣਾ, ਖਤਮ ਕਰਦਿਆਂ ਜਾਣਾ। ਇਹ ਦੁਬਾਰਾ ਇੱਥੇ ਵੇਟ ਕਰਨਾ ਪੈਣਾ, 4, 3, 2, 1, 0, ਮੈਚ। ਇਹਦੇ ਨਾਲ ਦਾ ਕਿਹੜਾ ਹੈ, ਇਹਦੇ 'ਤੇ ਕਲਿੱਕ ਕਰ ਦਿੱਤਾ, ਫਿਰ ਵਾਪਸ ਆ ਕੇ ਵਾਪਸ ਆਉਣ ਤੋਂ ਬਾਅਦ ਇਹਨੂੰ ਇੱਕ ਦਫ਼ਾ ਰੀਫਰੈਸ਼ ਕਰ ਲਿਆ। ਯੂ ਹੈਵ ਰਿਕੁਆਇਰਡ ਕਲਿੱਕਸ ਟੂ ਅਰਨ ਫਰੋਮ ਯੂਰ ਰੈਫਰਲਸ, ਯੂ ਹੈਵ ਦਾ ਰਿਕੁਆਇਰਡ ਕਲਿੱਕਸ, ਮਤਲਬ ਕਿ ਸਾਡੇ ਕੋਲ ਉਹਨੇ ਕਲਿੱਕਸ ਹੋ ਗਏ ਨੇ ਜਿਹੜੇ ਸਾਨੂੰ ਚਾਹੀਦੇ ਸਨ। ਹੁਣ ਅਸਾਂ ਕੀ ਕਰਨਾ, ਆ ਜਾਂਦੇ ਹਾਂ ਇੱਥੇ ਦੂਸਰੇ ਨੰਬਰ 'ਤੇ ਵੀ ਆਫਰਸ, ਆਫਰਸ ਜਾਂ ਕਲਿੱਕ ਕਰਕੇ ਦੇਖਣੇ ਕਿ ਸਾਡੇ ਕੋਲ ਕਿਹੜੀ ਕਿਹੜੀ ਆਫਰਸ ਅਵੇਲੇਬਲ ਨੇ। ਇੱਥੇ ਆਉਣ ਤੋਂ ਬਾਅਦ ਸਾਡੇ ਕੋਲ ਕਲਿੱਕਸ ਵਾਲ, ਬਿਟਸ ਵਾਲ, ਆਫਰਸ ਵਾਲ, ਆਫਰਸ ਫਾਰ ਆਲ, ਸੀ ਪੀ ਐਕਸ ਰਿਸਰਚ, ਇਹ ਮੁਤਲਿਕ ਕੈਟਾਗਰੀਜ਼ ਨੇ। ਉਹਦੇ ਵਿੱਚ ਅੱਗੋਂ ਸਾਡੇ ਕੋਲ ਐਡਸ ਨੇ, ਐਡਸ ਤੋਂ ਬਾਅਦ ਆਫਰਸ ਨੇ, ਆਫਰਸ ਤੋਂ ਬਾਅਦ ਆਫਰ ਸਟੇਟਸ ਅਤੇ ਟਾਸਕ ਸਟੇਟਸ। ਅਸਾਂ ਕੀ ਕਰਨਾ, ਆ ਜਾਂਦੇ ਹਾਂ ਪਹਿਲਾਂ ਆਫਰਸ 'ਤੇ, ਆਫਰਸ 'ਤੇ ਆਉਣ ਤੋਂ ਬਾਅਦ ਹੈ ਸਾਡੇ ਕੋਲ ਕੀ ਨੇ ਜੀ, ਸਰਵੇਜ਼।
ਯੂਨੋ ਈਜ਼ੀ ਡੇਲੀ ਸਰਵੇ ਪਾਕਿਸਤਾਨ ਸੈਂਟਸ 0.054 cents ਸਾਨੂੰ ਮਿਲਣਗੇ ਸਰਵੇ ਨੂੰ ਮੁਕੰਮਲ ਕਰਨ ਦੇ। ਉਸ ਤੋਂ ਬਾਅਦ ਕੀ ਮਾਰਕੀਟ ਕਿਊਬ ਪੀ ਕੇ ਡਾਇਰੈਕਟ ਇਹਦੇ ਸਾਨੂੰ 0.24 cents ਮਿਲਣਗੇ। ਉਸ ਤੋਂ ਇਲਾਵਾ ਇਹ ਸਾਡੇ ਕੋਲ ਸਰਵੇ ਵੀ ਇਹਦੇ ਵਿੱਚ ਸਾਨੂੰ 0.045 cents ਮਿਲਣਗੇ। ਕੰਪਲੀਟ ਆ ਸਰਵੇ ਡੇਲੀ, ਜਿੰਨੇ ਵੀ ਸਰਵੇਸ ਨੇ ਇਹਨਾਂ ਨੂੰ ਮੁਕੰਮਲ ਕਰਨਾ ਅਤੇ ਇਹਨਾਂ ਦੇ ਬਦਲੇ ਵੀ ਸਾਨੂੰ ਅਰਨਿੰਗ ਹੋਏਗੀ। ਇੱਥੇ ਤੁਹਾਨੂੰ ਮੈਂ ਕੋਈ ਇੱਕ ਕੰਪਲੀਟ ਕਰਕੇ ਦਿਖਾਉਂਦਾ ਕੋਈ ਅਰਨਿੰਗ ਸਾਨੂੰ ਕਿਸ ਤਰ੍ਹਾਂ ਮਿਲਦੀ ਹੈ। ਅਸੀਂ ਆ ਜਾਂਦੇ ਉਸ ਤੋਂ ਬਾਅਦ ਦੂਸਰੇ ਆਪਸ਼ਨ 'ਤੇ। ਦੂਸਰੇ ਵਿੱਚ ਕੀ ਸਾਡੇ ਕੋਲ ਬਿਟਸ ਵਾਲ, ਅਤੇ ਬਿਟਸ ਵਾਲ ਵਿੱਚ ਆਉਣ ਤੋਂ ਬਾਅਦ ਸਾਡੇ ਕੋਲ ਕੀ ਨੇ, ਆਫਰਸ ਨੇ, ਸਰਵੇਜ਼ ਨੇ, ਵਿਜ਼ਿਟ ਵੈਬਸਾਈਟਸ ਨੇ, ਸ਼ਾਰਟ ਲਿੰਕਸ ਨੇ, ਵਾਚ ਵੀਡੀਓਜ਼ ਨੇ। ਇਹ ਮਤਲਬ ਸਾਡੇ ਕੋਲ ਆਪਸ਼ਨ ਜਿਹਨਾਂ ਜ਼ਰੀਏ ਅਸੀਂ ਇੱਥੋਂ ਇਸ ਕੈਟਾਗਰੀ ਵਿੱਚ ਅਰਨਿੰਗ ਕਰ ਸਕਦੇ ਹਾਂ। ਆਫਰ ਮੁਕੰਮਲ ਕਰਕੇ, ਸਰਵੇਜ਼ ਮੁਕੰਮਲ ਕਰਕੇ, ਵੈਬਸਾਈਟ ਵਿਜ਼ਿਟ ਕਰਕੇ, ਸ਼ਾਰਟ ਲਿੰਕਸ 'ਤੇ ਕਲਿੱਕ ਕਰਕੇ ਜਾਂ ਵੀਡੀਓਜ਼ ਦੇਖ ਕੇ ਜਾਂ ਐਡਵਰਟਾਈਜਮੈਂਟ ਵੇਖ ਕੇ ਅਸੀਂ ਇੱਥੋਂ ਅਰਨਿੰਗ ਕਰ ਸਕਦੇ ਹਾਂ। ਸਾਡੇ ਕੋਲ ਆਫਰਸ ਦੇ ਵਿੱਚ ਮੁਖਤਲਿਫ ਆਫਰਸ ਨੇ ਜਿਹਨਾਂ ਜ਼ਰੀਏ ਅਸੀਂ ਇੱਥੋਂ ਅਰਨਿੰਗ ਕਰ ਸਕਦੇ ਹਾਂ। 5 ਐਡਸ ਦੇਖਣ ਸਾਨੂੰ $0.0035 ਮਿਲੇ ਨੇ। ਇਹ ਹੋ ਗਈ ਸਾਡੇ ਕੋਲ ਅਰਨਿੰਗ। ਅਰਨਿੰਗ ਤੋਂ ਬਾਅਦ ਅਸੀਂ ਵਿਡਰਾ ਇਹਦੇ ਉੱਤੇ ਕਿਸ ਤਰ੍ਹਾਂ ਲੈ ਸਕਦੇ ਹਾਂ। ਵਿਡਰਾ ਵਾਸਤੇ ਅਸਾਂ ਕੀ ਕਰਨਾ, ਆ ਜਾਣਾ ਇੱਥੇ ਵਿਡਰਾ ਦੀ ਆਪਸ਼ਨ 'ਤੇ ਅਰਨਿੰਗ ਦੇ ਵਿੱਚ ਥੱਲੇ ਤੀਸਰੇ ਨੰਬਰ 'ਤੇ ਆਪਸ਼ਨ ਹੈ ਵਿਡਰਾ ਦੀ, ਇਹਦੇ ਉੱਤੇ ਆ ਕੇ ਕਲਿੱਕ ਕਰ ਲੈਣਾ। ਅਤੇ ਵਿਡਰਾ ਵਾਸਤੇ ਸਾਡੇ ਕੋਲ 3 ਮੈਥਡ ਨੇ, ਐਮਾਜ਼ਾਨ ਗਿਫਟ ਕਾਰਡ, ਪਾਇਰ, ਪਰਫੈਕਟ ਮਨੀ। ਅਤੇ ਮੈਥਡ ਵਿੱਚ ਅਸਾਂ ਕੀ ਕਰਨਾ, ਪਰਫੈਕਟ ਮਨੀ ਨੂੰ ਸਿਲੈਕਟ ਕਰ ਲੈਣਾ, ਕਿਉਂਕਿ ਪਰਫੈਕਟ ਮਨੀ ਵਿੱਚ ਅਕਾਊਂਟ ਬਣਾਉਣਾ ਬਹੁਤ ਹੀ ਆਸਾਨ ਹੈ ਅਤੇ ਅਕਾਊਂਟ ਬਣਾਉਣ ਤੋਂ ਬਾਅਦ ਇਹਦੇ ਉੱਤੇ ਵਿਡਰਾ ਲੈਣਾ ਵੀ ਬਹੁਤ ਹੀ ਆਸਾਨ ਹੈ। ਅਗਰ ਤੁਸੀਂ ਪਰਫੈਕਟ ਮਨੀ ਦਾ ਅਕਾਊਂਟ ਬਣਾਇਆ ਹੈ, ਤੁਸੀਂ ਸਿੰਪਲੀ ਪਰਫੈਕਟ ਮਨੀ ਵਿੱਚ ਵਿਡਰਾ ਲੈ ਸਕੋਗੇ। ਅਗਰ ਤੁਸੀਂ ਪਰਫੈਕਟ ਮਨੀ ਵਿੱਚ ਅਕਾਊਂਟ ਨਹੀਂ ਬਣਾਇਆ, ਅਤੇ ਪਰਫੈਕਟ ਮਨੀ 'ਤੇ ਅਕਾਊਂਟ ਬਣਾਉਣ ਦਾ ਬਹੁਤ ਹੀ ਆਸਾਨ ਤਰੀਕਾ, ਤੁਸੀਂ ਆ ਜਾਣਾ ਆਪਣੇ ਯੂਟਿਊਬ 'ਤੇ। ਯੂਟਿਊਬ 'ਤੇ ਆਉਣ ਤੋਂ ਬਾਅਦ ਇੱਥੇ ਆ ਕੇ ਲਿਖ ਲੈਣਾ PERFECTMONEY, ਪਰਫੈਕਟ ਮਨੀ 'ਤੇ ਅੱਗੇ ਲਿਖ ਲੈਣਾ ਤੁਸੀਂ DIGIZON, ਅਤੇ ਐਂਟਰ ਕਰ ਦੇਣਾ। ਅਤੇ ਇਹ ਪਹਿਲੇ ਨੰਬਰ 'ਤੇ ਵੀਡੀਓ ਤੁਹਾਡੇ ਸਾਹਮਣੇ ਆ ਚੁੱਕੀ ਹੈ, ਪਰਫੈਕਟ ਮਨੀ ਦਾ ਅਕਾਊਂਟ ਬਣਾਏ ਔਰ ਹਜ਼ਾਰੋਂ ਕਮਾਏ। ਇਸ ਵੀਡੀਓ ਨੂੰ ਦੇਖ ਕੇ ਤੁਸੀਂ ਆਪਣਾ ਪਰਫੈਕਟ ਮਨੀ ਦਾ ਅਕਾਊਂਟ ਬਣਾ ਸਕਦੇ ਹੋ, ਅਤੇ ਫਿਰ ਅਕਾਊਂਟ ਬਣਾਉਣ ਤੋਂ ਬਾਅਦ ਤੁਸੀਂ ਆਪਣੇ ਵਿਡਰਾ ਉਹਦੇ ਵਿੱਚ ਈਜ਼ੀਲੀ ਲੈ ਸਕਦੇ ਹੋ। ਅਤੇ ਦੋਸਤੋ, ਇਹ ਸਾਡੀ ਅੱਜ ਦੀ ਵੀਡੀਓ, ਅੱਜ ਦੀ ਵੈਬਸਾਈਟ, ਜਿਹਦੇ ਉੱਤੇ ਅਸੀਂ ਸਿਰਫ ਐਡਸ ਵੇਖ ਕੇ, ਸਰਵੇਜ਼ ਮੁਕੰਮਲ ਕਰਕੇ, ਜਾਂ ਉਸ ਤੋਂ ਇਲਾਵਾ ਹੋਰ ਮੁਖਤਲਿਫ ਕਿਸਮ ਦੇ ਟਾਸਕ ਮੁਕੰਮਲ ਕਰਕੇ ਵਿਡਰਾ ਕਰਵਾ ਸਕਦੇ ਹਾਂ, ਅਰਨਿੰਗ ਲੈ ਸਕਦੇ ਹਾਂ। ਮੈਂ ਉਮੀਦ ਕਰਦਾ ਕਿ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ। ਦੋਸਤੋ, ਇਸ ਤਰ੍ਹਾਂ ਦੇ ਜਿੰਨੀਆਂ ਵੈਬਸਾਈਟਸ ਹੁੰਦੀਆਂ ਨੇ, ਇਹਨਾਂ ਤੋਂ ਅਰਨਿੰਗ ਬਹੁਤ ਹੀ ਥੋੜ੍ਹੀ ਹੁੰਦੀ ਹੈ। ਹੁੰਦੀ ਹੈ ਵੀ, ਲੇਕਿਨ ਬਹੁਤ ਥੋੜ੍ਹੀ ਹੁੰਦੀ ਹੈ। ਲੇਕਿਨ ਬਹੁਤ ਵੈਬਸਾਈਟ ਐਸੇ ਵੀ ਹੁੰਦੀਆਂ ਨੇ ਜਿਹਨਾਂ ਤੋਂ ਅਰਨਿੰਗ ਹੁੰਦੀ ਹੋਈ ਨਹੀਂ। ਲੇਕਿਨ ਅਗਰ ਤੁਸੀਂ ਰੀਅਲ ਅਰਨਿੰਗ ਕਰਨਾ ਚਾਹੁੰਦੇ ਹੋ ਆਨਲਾਈਨ, ਤਾਂ ਫਿਰ ਤੁਸੀਂ ਕੋਈ ਨਾ ਕੋਈ ਸਕਿੱਲ ਸਿੱਖ ਕੇ ਅਤੇ ਆਨਲਾਈਨ ਅਰਨਿੰਗ ਦੇ ਜਿਹੜੇ ਫ੍ਰੀਲਾਂਸਿੰਗ ਵੈਬਸਾਈਟਸ ਨੇ ਉਹਨਾਂ ਉੱਤੇ ਟਰਾਈ ਕਰੋ, ਕਿਉਂਕਿ ਬਾਕੀ ਜਿੰਨੀਆਂ ਵੀ ਵੈਬਸਾਈਟਸ ਨੇ ਉਹ ਬਹੁਤ ਜ਼ਿਆਦਾ ਟਾਈਮ ਟੇਕਿੰਗ ਨੇ ਅਤੇ ਅਰਨਿੰਗ ਉਹਨਾਂ ਤੋਂ ਬਹੁਤ ਥੋੜ੍ਹੀ ਹੈ। ਅਤੇ ਮੈਂ ਉਮੀਦ ਕਰਾਂ ਕਿ ਤੁਹਾਨੂੰ ਗੱਲ ਦੀ ਸਮਝ ਆ ਗਈ ਹੋਵੇਗੀ। ਅਤੇ ਅਗਰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਤਾਂ ਕਿ ਮਜ਼ੀਦ ਆਉਣ ਵਾਲੀ ਇੰਟਰਸਟਿੰਗ ਵੀਡੀਓਜ਼ ਆਟੋਮੈਟਿਕਲੀ ਤੁਹਾਡੇ ਤੱਕ ਪਹੁੰਚਦੀਆਂ ਰਹਿਣ। ਤੁਹਾਡਾ ਮੁਲਾਕਾਤ ਹੋਏਗੀ ਮੇਰੀ ਹੁਣ ਅਗਲੀ ਵੀਡੀਓ ਵਿੱਚ। ਅਗਲੀ ਵੀਡੀਓ ਤੱਕ ਮੈਨੂੰ ਇਜਾਜ਼ਤ ਦਿਓ। ਆਪਣਾ ਅਤੇ ਆਪਣੇ ਘਰ ਵਾਲਿਆਂ ਦਾ ਬਹੁਤ ਸਾਰਾ ਖਿਆਲ ਰੱਖਿਆ ਜੇ। ਰੱਬ ਰਾਖਾ।